ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਦੋਸਤੋ। ਅਸੀਂ ਵੀਡੀਓਜ਼ ਕੀਤੀਆਂ ਸੀਗੀਆਂ ਕਿਹੜੇ ਪੰਜ ਕੰਮ ਕਰਕੇ ਤੁਸੀਂ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ, ਤੇ ਬਹੁਤ ਸਾਰਾ ਪਿਆਰ ਤੁਸੀਂ ਦਿੱਤਾ ਤੇ ਇਸ ਗੱਲ ਦਾ ਪ੍ਰਮਾਣ, ਇਸ ਗੱਲ ਦਾ ਸਬੂਤ ਦਿੱਤਾ ਕਿ ਸੋਸ਼ਲ ਮੀਡੀਆ ਦੇ ਉੱਤੇ ਚੰਗਾ ਕੰਟੈਂਟ ਵੀ ਜਿਹੜਾ ਦੇਖਿਆ ਜਾਂਦਾ। ਸੋ ਉਸ ਦੇ ਲਈ ਸਾਰਿਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਲਾਈਕ ਤੇ ਫੋਲੋ ਕਰ ਲਿਆ ਹੈ, ਯੂਟਿਊਬ ਤੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਲਿਆ, ਉਹਨਾਂ ਦਾ ਧੰਨਵਾਦ। ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰ ਲਿਓ। ਤੇ ਅੱਜ ਦੋਸਤੋ ਅਸੀਂ ਦੱਸਣ ਜਾ ਰਹੇ ਹਾਂ ਕਿਹੜੇ ਤਿੰਨ ਕੰਮ ਕਰਕੇ ਜਿਹੜਾ ਤੁਸੀਂ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ, ਤੇ ਇਹ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਹੋ ਸਕਦਾ ਕਿ ਤੁਸੀਂ ਤੁਹਾਡਾ ਕੰਮ ਕਾਰੋਬਾਰ ਜਿਹੜਾ ਉਹ ਸੈਟਲ ਹੋਵੇ, ਤੁਸੀਂ ਆਪਣੇ ਕੰਮ ਦੇ ਵਿੱਚ ਨਿਪੁੰਨ ਹੋਵੋ, ਚੰਗੀ ਅਰਨਿੰਗ ਤੁਹਾਨੂੰ ਆ ਰਹੀ ਹੋਵੇਗੀ, ਹੋ ਸਕਦਾ। ਤੇ ਜੇਕਰ ਨਹੀਂ ਤਾਂ ਤੁਹਾਡੇ ਵੀ ਇਹ ਕੰਮ ਦੀ ਵੀਡੀਓ ਹੈ ਤੇ ਸ਼ੇਅਰ ਕਰ ਦਿਓਗੇ ਤਾਂ ਕਿਸੇ ਹੋਰ ਦੇ ਕੰਮ ਦੀ ਹੋ ਸਕਦੀ, ਕਿਉਂਕਿ ਜੇ ਅਸੀਂ ਕਿਸੇ ਤੱਕ ਕੋਈ ਕੰਮ ਦੀ ਗੱਲ ਪਹੁੰਚ ਜਾਏ ਤੇ ਕਿਸੇ ਨੂੰ ਹੱਲਾਸ਼ੇਰੀ ਮਿਲ ਜਾਏ ਜਾਂ ਆਈਡੀਆ ਕਲਿੱਕ ਕਰ ਜਾਏ ਤੇ ਉਹ ਕੋਈ ਕਾਮਯਾਬ ਹੋ ਜਾਏ ਤਾਂ ਸਾਨੂੰ ਵੀ ਖੁਸ਼ੀ ਹੋਵੇਗੀ, ਤੁਹਾਨੂੰ ਵੀ ਖੁਸ਼ੀ ਹੋਵੇਗੀ ਕਿ ਸਾਡੀ ਤੁਹਾਡੀ ਕੋਸ਼ਿਸ਼ ਨਾਲ ਕਿਸੇ ਦੇ ਘਰ ਜਿਹੜੇ ਆ ਵਧੀਆ ਜਿਹੜੀਆਂ ਉਹਦੇ ਸੁਪਨੇ ਪੂਰੇ ਹੋ ਗਏ ਤੇ ਵਧੀਆ ਅਗਲਾ ਜਿਹੜਾ ਜ਼ਿੰਦਗੀ ਬਸਰ ਕਰਨ ਲੱਗਿਆ। ਸੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ, ਬਹੁਤੀਆਂ ਲੰਬੀਆਂ ਗੱਲਾਂ ਬਾਤਾਂ ਨਾ ਕਰੀਏ ਦੋਸਤੋ। ਇਹ ਤਿੰਨ ਕੰਮ ਜਿਹੜੇ ਉਹ ਕੰਮ ਨੇ, ਇਹ ਤਿੰਨ ਕੰਮਾਂ ਬਾਰੇ ਗੱਲ ਵੀ ਕਰਾਂਗੇ, ਪਰ ਇਹ ਵੀ ਦੱਸ ਦਵਾਂ ਕਿ ਇਹ ਸਾਰੇ ਤਿੰਨ ਕੰਮ ਜਿਹੜੇ ਨੇ 1 ਲੱਖ ਤੋਂ ਬਹੁਤ ਘੱਟ ਕੀਮਤ ਦੇ ਵਿੱਚ ਸ਼ੁਰੂ ਕੀਤੇ ਜਾ ਸਕਦੇ ਨੇ, 15,000 ਤੋਂ ਲੈ ਕੇ ਵੈਸੇ 50,000 ਤੱਕ ਦੇ ਵਿੱਚ ਇਹ ਕੰਮ ਸ਼ੁਰੂ ਕੀਤੇ ਜਾ ਸਕਦੇ ਨੇ, ਪਰ 1 ਲੱਖ ਤੱਕ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਕੰਮਾਂ ਦੀ ਜਿਹੜੇ ਨਾਲ ਮੁਤਲਕ ਮਸ਼ੀਨਰੀ ਜਾਂ ਸਮਾਨ ਹੈ ਉਹ ਵੱਖ ਵੱਖ ਇਲਾਕਿਆਂ ਚ ਉਹਦੇ ਰੇਟ ਚ ਫਰਕ ਹੋ ਸਕਦਾ, ਤੇ ਫਿਰ ਕੱਲ ਨੂੰ ਤੁਸੀਂ ਮੇਰੇ ਨਾਲ ਨਾਰਾਜ਼ ਹੋਵੋਗੇ। ਇਸ ਦੇ ਲਈ ਮੈਂ 1 ਲੱਖ ਰੁਪਏ ਦੀ ਕੀਮਤ ਕਿਹਾ, 1 ਲੱਖ ਦੇ ਅੰਦਰ ਦੀ ਕੀਮਤ ਦੇ ਵਿੱਚ ਤੁਸੀਂ ਇਹ ਕੰਮ ਕਾਰੋਬਾਰ ਸ਼ੁਰੂ ਕਰ ਸਕਦੇ ਆ, ਤੇ ਨਾਲੇ ਇਹ ਕੰਮ ਕਾਰੋਬਾਰ ਕਰਨ ਦੇ ਲਈ ਨਾ ਤੁਹਾਨੂੰ ਕਿਸੇ ਵੱਡੇ ਜਗ੍ਹਾ ਦੀ ਲੋੜ ਹੈ, ਨਾ ਕੋਈ ਬਹੁਤ ਜ਼ਿਆਦਾ ਸਟੋਰੇਜ ਵਾਲੇ ਕਿਸੇ ਗੋਡਾਊਨ ਦੀ ਲੋੜ ਹੈ, ਤੇ ਤੁਸੀਂ ਚਾਹੋ ਤਾਂ ਇਹ ਸਾਰੇ ਕੰਮ ਆਪਣੇ ਘਰ ਤੋਂ ਵੀ ਕਰ ਸਕਦੇ ਹੋ, ਚਾਹੇ ਤੁਸੀਂ ਪਿੰਡ 'ਚ ਰਹਿੰਦੇ ਹੋ, ਚਾਹੇ ਕਸਬੇ 'ਚ ਰਹਿੰਦੇ ਹੋ, ਤੇ ਚਾਹੇ ਤੁਸੀਂ ਰਹਿੰਦੇ ਹੋ ਸ਼ਹਿਰ ਦੇ ਵਿੱਚ, ਜਿੱਥੇ ਵੀ ਤੁਸੀਂ ਰਹਿੰਦੇ ਆ ਘਰ ਤੋਂ ਕੰਮ ਸ਼ੁਰੂ ਕਰ ਸਕਦੇ ਆ। ਆਸਾਨ ਕੰਮ ਨੇ, ਕੋਈ ਬਹੁਤੇ ਜ਼ੋਰ ਵਾਲੇ ਜਾਂ ਬਹੁਤੇ ਲੰਬੇ ਚੌੜੇ ਕੰਮ ਨੇ ਦੋਸਤੋ। ਸਭ ਤੋਂ ਪਹਿਲਾ ਕੰਮ ਜਿਹੜਾ ਸਰਚ ਕਰਕੇ ਅਸੀਂ ਲੈ ਕੇ ਆਏ ਹਾਂ, ਤੁਹਾਡੇ ਵਰਗੇ ਬੁੱਧੀਜੀਵੀਆਂ ਤੋਂ, ਸਿਆਣਿਆਂ ਤੋਂ, ਜਾਣਕਾਰਾਂ ਤੋਂ, ਦੋਸਤਾਂ ਤੋਂ ਪੁੱਛ ਪੁਛਾ ਕੇ ਅਸੀਂ ਜਾਣਕਾਰੀਆਂ ਇਕੱਤਰ ਕਰਕੇ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਦੋਸਤੋ ਜਿਹੜਾ ਕੰਮ ਹੈ ਉਹਦੇ ਬਾਰੇ ਜ਼ਿਕਰ ਕਰਾਂ, ਉਸ ਤੋਂ ਪਹਿਲਾਂ ਮੈਂ ਵੀ ਦੱਸ ਦਵਾਂ ਕਿ ਕਈ ਵਾਰੀ ਬੋਲਦੇ ਹਾਂ ਜਾਂ ਐਡੀਟਿੰਗ ਦੇ ਵਿੱਚ ਜਾਂ ਕਿਸੇ ਵੀ ਕਾਰਨ ਵਾਸਤੇ ਕੋਈ ਵੀ ਗਲਤੀ ਹੋ ਸਕਦੀ ਹੈ, ਤੇ ਉਸ ਦੇ ਲਈ ਹਮੇਸ਼ਾ ਅਸੀਂ ਐਡਵਾਂਸ ਦੇ ਵਿੱਚ ਵੀ ਅਖੀਰ ਦੇ ਵਿੱਚ ਖਿਮਾ ਵੀ ਮੰਗਦੇ ਹੁੰਦੇ ਹਾਂ। ਸੋ ਦੋਸਤੋ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਉਹ ਹੈ ਬਰਤਨ ਸਾਫ਼ ਕਰਨ ਦੇ ਲਈ ਜਿਹੜੇ ਇੱਕ ਬਰੱਸ਼ ਆਉਂਦੇ ਨੇ, ਬਰੱਸ਼ ਕਹਿ ਲਈਏ, ਇੱਕ ਸਪੰਜ ਟਾਈਪ ਜਿਹੜੇ ਆ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਕਰੀਨ ਦੇ ਉੱਤੇ, ਕਿ ਇਹ ਜਿਹੜੇ ਬਰੱਸ਼ ਨੇ ਆਮ ਤੌਰ ਤੇ ਅਸੀਂ ਇਹਨਾਂ ਨੂੰ ਬਰੱਸ਼ ਕਹਿ ਦਿੰਦੇ ਹਾਂ, ਤੇ ਇਹਨਾਂ ਨੂੰ ਜਿਹੜਾ ਆ ਬਰਤਨ ਸਾਫ਼ ਕਰਨ ਦੇ ਲਈ ਵਰਤਿਆ ਜਾਂਦਾ ਹੈ, ਤੇ ਇਹ ਜਿਹੜੇ ਬਰੱਸ਼ ਨੇ 10 ਰੁਪਏ ਤੋਂ ਲੈ ਕੇ 15 ਰੁਪਏ, 20 ਰੁਪਏ, 30 ਰੁਪਏ, 40 ਰੁਪਏ ਤੱਕ ਦੀ ਕੀਮਤ ਤੇ ਵੀ ਬਾਜ਼ਾਰ ਦੇ ਵਿੱਚ ਵੱਖ ਵੱਖ ਕੰਪਨੀਜ਼ ਦੇ ਮਿਲਦੇ ਨੇ, ਲੋਕਲ ਜਿਹੜੇ ਬ੍ਰਾਂਡ ਨੇ ਉਹਨਾਂ ਦੇ ਵੀ ਮਿਲਦੇ ਨੇ ਇਹ ਵਾਲੇ ਬਰੱਸ਼ ਜਿਹੜੇ ਨੇ, ਤੇ ਇਹ ਹਰ ਘਰ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਹੈ। ਸੋ ਇਹਦੀ ਡਿਮਾਂਡ ਵੀ ਜਿਹੜੀ ਬਹੁਤ ਹੈ, ਔਰ ਇਹਨੂੰ ਬਣਾਉਣ ਦੇ ਲਈ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਇਹ ਬਰੱਸ਼ ਬਣਾਉਂਦੀਆਂ ਨੇ ਬਰਤਨ ਸਾਫ਼ ਕਰਨ ਦੇ ਲਈ। ਸੋ ਇਹ ਵਾਲਾ ਵਪਾਰ ਬਿਜ਼ਨਸ ਜੇ ਵੱਡੀਆਂ ਕੰਪਨੀਆਂ ਕਰ ਰਹੀਆਂ ਨੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਜੇ ਵੱਡੀ ਕੰਪਨੀ ਜਿਹੜੀ ਵੀ ਫੀਲਡ ਦੇ ਵਿੱਚ ਖੇਤਰ 'ਚ ਕੰਮ ਕਰ ਰਹੀ ਹੈ, ਇਹਦਾ ਮਤਲਬ ਕਿ ਉੱਥੇ ਤੁਸੀਂ ਵੀ ਕੰਮ ਕਰਕੇ ਚੰਗੀ ਅਰਨਿੰਗ ਜਿਹੜੀ ਕਰ ਸਕਦੇ ਹੋ, ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ। ਸੋ ਦੋਸਤੋ ਇਹ ਵਾਲਾ ਬਰੱਸ਼ ਜਿਹੜਾ ਆ ਉਹ ਤੁਸੀਂ ਵੀ ਇਹਦੀ ਮੈਨੂਫੈਕਚਰਿੰਗ ਕਰ ਸਕਦੇ ਹੋ, ਔਰ ਇਹਦੀ ਮੈਨੂਫੈਕਚਰਿੰਗ ਕਰਨ ਦੇ ਲਈ ਤੁਹਾਨੂੰ ਕੋਈ ਬਹੁਤ ਵੱਡਾ ਲਾਮਲਚ ਕਰਨੀ ਚਾਹੀਦਾ, ਇਹਦੇ ਲਈ ਤੁਹਾਨੂੰ ਇੱਕ ਮਸ਼ੀਨ ਮਿਲਦੀ ਹੈ ਲੁਧਿਆਣੇ ਤੋਂ ਵੀ ਮਿਲ ਜਾਏਗੀ, ਤੇ ਤੁਹਾਨੂੰ ਦਿੱਲੀ ਤੋਂ ਵੀ ਮਿਲ ਜਾਏਗੀ, ਦਿੱਲੀ ਤੋਂ ਥੋੜੀ ਸਸਤੀ ਮਿਲ ਜਾਏਗੀ। ਮਿਹਨਤ ਤੁਹਾਨੂੰ ਆਪ ਕਰਨੀ ਪੈਣੀ ਹੈ, ਕਿਉਂਕਿ ਅਸੀਂ ਕਿਸੇ ਤੋਂ ਵੀ ਇਹ ਪੇਡ ਪ੍ਰਮੋਸ਼ਨ ਨਹੀਂ ਹੈਗੀ, ਇਸ ਦੇ ਲਈ ਅਸੀਂ ਕਿਸੇ ਦਾ ਵੀ ਸੰਪਰਕ ਨੰਬਰ ਜਾਂ ਕੋਈ ਵੀ ਮਾਰਕੀਟ ਨਹੀਂ ਦੱਸ ਰਹੇ। ਤੁਸੀਂ ਯੂਟਿਊਬ ਗੂਗਲ ਦੀ ਸਹਾਇਤਾ ਲਓ, ਸਹੀ ਵਰਤੋਂ ਕਰੋ, ਤੇ ਤੁਹਾਨੂੰ ਸਾਰਾ ਕੁਝ ਜਿਹੜਾ ਉਹ ਪਤਾ ਲੱਗ ਜਾਏਗਾ। ਦੋਸਤੋ ਇਹਦੇ ਵਿੱਚ ਕੀ ਹੈਗਾ ਕਿ ਇੱਕ ਮਸ਼ੀਨ ਤੁਹਾਨੂੰ ਜਿਹੜੀ ਆ ਉਹ ਪਰਚੇਜ਼ ਕਰਨੀ ਪਊਗੀ 15,000 ਰੁਪਏ ਤੋਂ ਲੈ ਕੇ
ਇਹ ਵੱਧ ਕੀਮਤ ਦੀ ਵੀ ਹੋ ਸਕਦੀ ਹੈ। ਔਰ ਤਿੰਨ ਤਰ੍ਹਾਂ ਦੇ ਨਾਲ ਮਸ਼ੀਨ ਜਿਹੜੀ ਆ ਉਹ ਅਵੇਲੇਬਲ ਹੁੰਦੀ ਹੈ। ਇੱਕ ਤਾਂ ਹੁੰਦੀ ਆ ਜਿਹਦੇ ਵਿੱਚ ਤੁਸੀਂ ਹੱਥ ਦੇ ਨਾਲ ਮਸ਼ੀਨ ਨੂੰ ਚਲਾਓਗੇ ਔਰ ਤੁਸੀਂ ਜਿਹੜਾ ਆ ਇਹ ਬ੍ਰਸ਼ ਜਿਹੜੇ ਆ ਉਹ ਕੱਟ ਸਕਦੇ ਹੋ ਇੱਕੋ ਸਮੇਂ ਦੇ ਵਿੱਚ 12-24 ਇਸ ਤਰ੍ਹਾਂ ਜਿਹੜੇ ਆ ਵੱਧ ਪੀਸ ਕੱਟੇ ਜਾ ਸਕਣ ਵਾਲੀ ਜਿਹਦੀ ਕਪੈਸਿਟੀ ਹੋਵੇ ਉਸ ਹਿਸਾਬ ਦੇ ਨਾਲ ਇਸ ਮਸ਼ੀਨ ਦਾ ਰੇਟ ਵੱਧ ਹੋ ਸਕਦਾ। ਦੂਸਰੇ ਨੰਬਰ ਤੇ ਆਉਂਦੀ ਹੈ ਸੈਮੀ ਆਟੋਮੈਟਿਕ, ਜਿਹਦੇ ਵਿੱਚ ਕੁਝ ਕੰਮ ਮਸ਼ੀਨ ਕਰੇਗੀ, ਥੋੜਾ ਬਹੁਤ ਤੁਹਾਨੂੰ ਕੋਈ ਸਵਿੱਚ ਦਬਾਉਣਾ ਪੈ ਗਿਆ, ਤੁਹਾਨੂੰ ਮਾਲ ਉਠਾ ਕੇ ਸ਼ੀਟ ਉਠਾ ਕੇ ਲਗਾਉਣੀ ਪੈਣੀ ਆ, ਫਿਰ ਬਾਹਰ ਕੱਢਣੀ ਪੈਣੀ ਆ, ਉਹ ਹੋ ਗਈ ਸੈਮੀ ਆਟੋਮੈਟਿਕ। ਉਹਦੀ ਕੀਮਤ ਜਿਹੜੀ ਆ ਉਹ ਉਸ ਤੋਂ ਦੁੱਗਣੀ ਹੋ ਸਕਦੀ ਆ ਜਾਂ 3 ਗੁਣਾ ਵੀ ਵੱਧ ਹੋ ਸਕਦੀ ਹੈ। ਉਸ ਤੋਂ ਬਾਅਦ ਦੋਸਤੋ ਆ ਜਾਂਦੀ ਹੈਗੀ ਆ ਫੁੱਲੀ ਆਟੋਮੈਟਿਕ ਮਸ਼ੀਨ, ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਮਸ਼ੀਨਰੀ ਬਣਾਉਣ ਦੇ ਲਈ ਇੰਡਸਟਰੀ ਕੰਮ ਕਰਦੀ ਹੈ ਤੇ ਤੁਹਾਨੂੰ ਆਰਡਰ ਤੇ ਵੀ ਕਈ ਕੰਪਨੀਜ਼ ਜਿਹੜੀਆਂ ਨੇ ਵੱਖ ਵੱਖ ਪ੍ਰਕਾਰ ਦੀਆਂ ਮਸ਼ੀਨਸ ਜਿਹੜੀਆਂ ਆ ਬਣਾ ਕੇ ਦੇ ਦਿੰਦੀਆਂ ਨੇ ਕਿ ਤੁਹਾਨੂੰ ਕਿਹੋ ਜਿਹੀ ਚਾਹੀਦੀ ਹੈ, ਕਿੰਨਾ ਕੁ ਵੱਧ ਮਾਲ ਤਿਆਰ ਕਰਨ ਵਾਲੀ ਮਸ਼ੀਨ ਚਾਹੀਦੀ ਹੈ। ਸੋ ਇੱਕ ਫੁੱਲ ਆਟੋਮੈਟਿਕ ਵੀ ਤੁਹਾਨੂੰ ਮਿਲ ਜਾਏਗੀ ਜਿਹਦੇ ਵਿੱਚ ਮੋਟਰ ਲੱਗੀ ਹੋ ਸਕਦੀ ਹੈ, ਹੋਰ ਮਸ਼ੀਨਰੀ ਸਵਿਚਿਸ ਸੈਂਸਰ ਲੱਗੇ ਹੋ ਸਕਦੇ ਨੇ ਜਿਹਦੇ ਵਿੱਚ ਸਿਰਫ ਤੁਸੀਂ ਉਹਨੂੰ ਇੱਕ ਵਾਰੀ ਕਮਾਂਡ ਦੇ ਦੇਣੀ ਆ, ਜਿਹਨੇ ਆਪ ਹੀ ਜਿਹੜਾ ਉਹ ਸ਼ੀਟਸ ਉਠਾਈ ਜਾਣੀਆਂ ਨੇ, ਬ੍ਰਸ਼ ਕੱਟ ਕੇ ਇੱਕ ਪਾਸੇ ਸੁੱਟੀ ਜਾਣੇ ਨੇ, ਪੈਕਿੰਗ ਤੁਹਾਨੂੰ ਖੁਦ ਕਰਨੀ ਪੈਣੀ। ਹੋ ਸਕਦਾ ਕਿ ਜੇ ਤੁਸੀਂ ਪੈਕਿੰਗ ਵੀ ਚਾਹੁੰਦੇ ਹੋ ਕਿ ਹੋ ਕੇ ਆਵੇ, ਉਹ ਪੈਕਿੰਗ ਕਰਨ ਵਾਲੀ ਮਸ਼ੀਨ ਵੀ ਨਾਲ ਜਿਹੜੀ ਐਡਜਸਟ ਕੀਤੀ ਜਾ ਸਕਦੀ ਹੈ। ਕੁੱਲ ਮਿਲਾ ਕੇ ਗੱਲ ਅੱਜ ਵੀਡੀਓ ਛੋਟੀ ਕਰਨ ਦੇ ਲਈ ਸ਼ਾਰਟ ਦੇ ਵਿੱਚ ਗੱਲ ਕਰਾਂ ਤੇ 15-20 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ ਇਹ ਮਸ਼ੀਨ ਜਿਹੜੀ ਅੱਗੇ ਬਹੁਤ ਮਹਿੰਗੀ ਹੋ ਸਕਦੀ ਹੈ, ਪਰ ਲੱਖ ਦੇ ਵਿੱਚ ਤੁਹਾਨੂੰ ਮਸ਼ੀਨ ਮਿਲ ਸਕਦੀ ਹੈ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਛੋਟੇ ਕੰਮ ਤੋਂ ਤੁਸੀਂ ਸ਼ੁਰੂਆਤ ਜਿਹੜੀ ਆ ਕਰ ਸਕਦੇ ਹੋ, ਜੇਕਰ ਤੁਸੀਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹੋ ਤਾਂ ਇਹ ਮਸ਼ੀਨ ਲਾ ਕੇ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ। ਦੂਸਰੇ ਨੰਬਰ ਤੇ ਦੋਸਤੋ ਜਿਹੜੀ ਮਸ਼ੀਨ ਲੈ ਕੇ ਆਏ ਆ, ਦੂਸਰੇ ਨੰਬਰ ਤੇ ਜਿਹੜਾ ਕੰਮ ਹੈਗਾ ਦੋਸਤੋ ਉਹ ਕੰਮ ਹੈਗਾ ਚੱਪਲ ਸਲੀਪਰ ਬਣਾਉਣ ਦਾ ਕੰਮ। ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਸ਼ੀਟਸ ਜਿਹੜੀਆਂ ਨੇ ਦੋਸਤੋ ਇਹ ਮਿਲਣਗੀਆਂ ਤੁਹਾਨੂੰ, ਨਾਲ ਮਿਲਣਗੇ ਸਟਰੈਪਸ ਜਿਹੜੇ ਇਹਨੂੰ ਲੱਗਦੇ ਨੇ, ਤੇ ਨਾਲ ਤੁਹਾਨੂੰ ਜਿਹੜਾ ਮਿਲੂਗਾ ਇਹ ਮਸ਼ੀਨ ਜਿਹੜੀ ਆ ਇਹਦੇ ਵਿੱਚ ਵੀ 3 ਤਰ੍ਹਾਂ ਦੀ ਮਸ਼ੀਨ ਆਉਂਦੀ ਹੈ ਔਰ ਇਹਦੀ ਕੀਮਤ ਦੀ ਵੀ 1 ਲੱਖ ਦੇ ਥੱਲੇ ਦੀਆਂ ਕੀਮਤਾਂ ਤੁਹਾਨੂੰ ਕੀਮਤਾਂ ਦੇ ਵਿੱਚ ਹੱਥ ਨਾਲ ਚੱਲਣ ਵਾਲੀ ਮਸ਼ੀਨ ਸੈਮੀ ਆਟੋਮੈਟਿਕ ਤੇ ਫੁੱਲ ਆਟੋਮੈਟਿਕ ਵੀ ਜਿਹੜੀ ਮਿਲ ਜਾਏਗੀ। ਬਾਕੀ ਜੇ ਤੁਸੀਂ ਵੱਡੇ ਪੱਧਰ ਤੇ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਕੰਮ ਥੋੜਾ ਜਿਹਾ ਲੋਟ ਆ ਜਾਂਦਾ ਤੇ ਤੁਸੀਂ ਵੱਡੇ ਥੋੜੀ ਜਿਹੀ ਮਸ਼ੀਨ ਜਿਹੜੀ ਆ ਵੱਡੀ ਲੈ ਸਕਦੇ ਹੋ ਜਾਂ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਜਿਹਦੇ ਵਿੱਚ ਜ਼ਿਆਦਾ ਸਪੀਡ ਦੇ ਨਾਲ ਜ਼ਿਆਦਾ ਕੁਆਂਟਿਟੀ ਦੇ ਵਿੱਚ ਮਾਲ ਤਿਆਰ ਹੋਵੇ। ਔਰ ਇਹਦੇ ਲਈ ਤੁਸੀਂ ਚੱਪਲ ਮੈਨੂਫੈਕਚਰਿੰਗ ਦੇ ਵਿੱਚ ਤੁਸੀਂ ਜਿਹੜੇ ਦੁਕਾਨਾਂ ਨੇ ਜਿਹੜੇ ਸ਼ੂਜ਼ ਦਾ ਕੰਮ ਕਰਦੇ ਨੇ, ਲੇਡੀਜ਼ ਜੁੱਤੀਆਂ ਦਾ ਕੰਮ ਕਰਦੇ ਨੇ, ਸੇਲ ਲਗਾਉਣ ਵਾਲੇ ਫੇਰੀ ਵਾਲੇ ਜਿਹੜੇ ਨੇ, ਥੋੜੀ ਜਿਹੀ ਮਿਹਨਤ ਕਰੋਗੇ ਤੁਹਾਨੂੰ ਮਿਲ ਜਾਣਗੇ। ਉਹਨਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਵੀ ਮਾਲ ਦੇ ਸਕਦੇ ਹੋ, ਖੁਦ ਵੀ ਸੇਲ ਕਰ ਸਕਦੇ ਹੋ। ਵੈਸੇ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਇੰਸਟਾ ਫੇਸਬੁੱਕ ਜਿਹੜਾ ਯੂਟਿਊਬ ਦਾ ਸਹਾਰਾ ਲੈ ਕੇ ਡਾਇਰੈਕਟ ਵੀ ਸੇਲ ਕਰ ਸਕਦੇ ਹੋ ਤੇ ਇਸ ਤਰ੍ਹਾਂ ਰਿਟੇਲਰਸ ਨੂੰ ਵੀ ਜਿਹੜਾ ਆ ਤੁਸੀਂ ਦੇ ਸਕਦੇ ਹੋ। ਦੋਨੋਂ ਤਰ੍ਹਾਂ ਦੇ ਨਾਲ ਹੋਲਸੇਲ ਤੇ ਰਿਟੇਲ ਤੁਸੀਂ ਕਰ ਸਕਦੇ ਹੋ। ਇਹ ਵੀ 1 ਲੱਖ ਦੇ ਵਿੱਚ ਸ਼ੁਰੂ ਹੋ ਜਾਣ ਵਾਲਾ ਕੰਮ ਹੈ ਔਰ ਘਰ ਦੇ ਵਿੱਚ ਕੋਈ ਵੀ ਕਰ ਸਕਦਾ, ਬੱਚੇ ਵੀ ਤੁਹਾਡੀ ਸਹਾਇਤਾ ਕਰ ਸਕਦੇ ਨੇ, ਲੇਡੀਜ਼ ਤੁਹਾਡੀਆਂ ਸਹਾਇਤਾ ਕਰ ਸਕਦੀ ਹੈ, ਕੋਈ ਸਾਡੀ ਬੀਬੀ ਭੈਣ ਚਾਹੇ ਉਹ ਵੀ ਇਹ ਕਾਰੋਬਾਰ ਸ਼ੁਰੂ ਕਰ ਸਕਦੇ ਨੇ, ਕਿਸੇ ਦੇ ਮੁਹਤਾਜ ਹੋਣ ਦੀ ਜ਼ਰੂਰਤ ਨਹੀਂ, ਤੁਸੀਂ ਆਤਮ ਨਿਰਭਰ ਬਣ ਸਕਦੇ ਹੋ। ਤੀਸਰਾ ਦੋਸਤੋ ਜਿਹੜਾ ਕੰਮ ਲੈ ਕੇ ਆਏ ਆ ਇਹ ਕੰਮ ਜਿਹੜਾ, ਕਿਉਂਕਿ 2 ਕੰਮ ਜਿਹੜੇ ਪਹਿਲਾਂ ਦੱਸੇ ਇਹ ਵੀ ਹਰ ਘਰ ਦੀ ਲੋੜ ਹੈ, ਉਹ ਕੰਮ ਨੇ ਜਿਹੜੇ ਕਦੀ ਫਲੋਪ ਨਹੀਂ ਹੋਣਗੇ, ਕਿਉਂਕਿ ਚੱਪਲ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਚੱਪਲ ਸਾਰੇ ਪਾਉਂਦੇ ਨੇ, ਸਲੀਪਰ ਸਾਰੇ ਪਾਉਂਦੇ ਨੇ। ਸੋ ਇਹ ਕੰਮ ਵੀ ਬੰਦ ਹੋਣ ਵਾਲਾ ਨਹੀਂ। ਉਸ ਤੋਂ ਪਹਿਲਾਂ ਅਸੀਂ ਕੰਮ ਦੱਸਿਆ ਜਿਹੜੇ ਬਰਤਨ ਸਾਫ਼ ਕਰਨ ਵਾਲਾ ਬ੍ਰਸ਼ ਆ, ਇਹ ਵੀ ਕੰਮ ਜਿਹੜਾ ਬੰਦ ਹੋਣ ਵਾਲਾ ਨਹੀਂ, ਵਧਣ ਫੁੱਲਣ ਵਾਲਾ ਉਲਟਾ ਕਾਰੋਬਾਰ ਆ, ਜੇ ਤੁਸੀਂ ਸ਼ੁਰੂ ਕਰੋਗੇ ਤੇ ਕੰਮ ਕਾਰੋਬਾਰ ਵਧੇਗਾ। ਤੇ ਤੀਸਰਾ ਦੋਸਤੋ ਜਿਹੜਾ ਕੰਮ ਹੈ ਇਹ ਵੀ ਤਕਰੀਬਨ ਬਹੁਤ ਟ੍ਰੈਂਡਿੰਗ ਦੇ ਵਿੱਚ ਹੈਗਾ ਔਰ ਇਹ ਵਧਣ ਫੁੱਲਣ ਵਾਲਾ ਕੰਮ ਹੈ, ਘਟਣ ਵਾਲਾ ਕੰਮ ਨਹੀਂ ਹੈਗਾ। ਤੁਸੀਂ ਕਿਸੇ ਪਿੰਡ ਦੇ ਵਿੱਚ ਵੀ ਰਹਿੰਦੇ ਹੋ ਤਾਂ ਆਪਣੇ ਆਸ ਪਾਸ ਹੀ ਤੁਹਾਡੇ ਕੋਲ ਜਿਹੜੀ ਆ ਸਪਲਾਈ ਜਿਹੜੀ ਆ ਸ਼ਾਇਦ ਪੂਰੀ ਨਾ ਹੋਵੇ, ਇਸ ਦੀ ਡਿਮਾਂਡ ਇੰਨੀ ਹੈ। ਜਦੋਂ ਰੇਟ ਜੈਨੂਅਨ ਦਓਗੇ, ਹੋਲਸੇਲ 'ਚ ਦਓਗੇ, ਲੋਕ ਤੁਹਾਡੇ ਕੋਲ ਘਰ 'ਚ ਇਹ ਸਾਰੇ ਸਮਾਨ ਖਰੀਦਣ ਆਣਗੇ ਜਿਹੜੇ ਅਸੀਂ ਦੱਸ ਰਹੇ ਹਾਂ। ਤੀਸਰਾ ਕੰਮ ਵੀ ਤੁਹਾਨੂੰ ਦੱਸਣ ਲੱਗਾ ਦੋਸਤੋ, ਨੂਡਲ ਮੈਕਰੋਨੀ ਪਾਸਤਾ, ਇਹ ਜਿਹੜਾ ਆ ਇਹਦੀ ਡਿਮਾਂਡ ਤੁਹਾਨੂੰ ਪਤਾ ਅੱਜ ਬਹੁਤ ਵੱਧ ਗਈ ਆ।
ਫੂਡ ਇੰਡਸਟਰੀ ਬਹੁਤ ਵੱਧ ਫੁੱਲ ਰਹੀ ਹੈ। ਨੌਜਵਾਨ ਕੋਰਸ ਕਰਕੇ ਹੁਣ ਵਿਦੇਸ਼ ਦੀ ਤਰਜ਼ ਦੇ ਉੱਤੇ ਆਪੋ ਆਪਣੇ ਇਲਾਕਿਆਂ 'ਚ ਕੰਮ ਸ਼ੁਰੂ ਕਰ ਰਹੇ ਨੇ। ਫੂਡ ਵੈਨਸ ਆ ਗਈਆਂ ਨੇ, ਫੂਡ ਕਾਰਟਸ ਬਹੁਤ ਜਿਹੜੀਆਂ ਵੱਧ ਫੁੱਲ ਰਹੀਆਂ ਨੇ। ਵਧੀਆ ਗੱਲ ਹੈ, ਕੰਮ ਕਾਰੋਬਾਰ ਕਰ ਰਹੇ ਨੇ ਨੌਜਵਾਨ, ਤਾਂ ਤੁਸੀਂ ਇਹਨੂੰ ਵੀ ਹੋਲਸੇਲ ਔਰ ਰਿਟੇਲ ਦੋਨੋਂ ਤਰ੍ਹਾਂ ਨਾਲ ਸਪਲਾਈ ਕਰ ਸਕਦੇ ਹੋ। ਔਰ ਇਹਨਾਂ ਦਾ ਜਿਹੜਾ ਰਾ ਮਟੀਰੀਅਲ ਹੈ, ਇਹ ਵੀ ਤੁਹਾਨੂੰ ਬੜੀ ਆਸਾਨੀ ਦੇ ਨਾਲ ਲੁਧਿਆਣਾ, ਜਲੰਧਰ ਅਤੇ ਸਸਤੇ ਰੇਟਾਂ 'ਤੇ ਲੈਣਾ ਅਤੇ ਦਿੱਲੀ ਤੋਂ ਤੁਹਾਨੂੰ ਮਿਲ ਸਕਦਾ। ਔਰ ਇਹ ਕਦੇ ਵੀ ਫਲੋਪ ਹੋਣ ਵਾਲਾ ਬਿਜ਼ਨਸ ਨਹੀਂ ਹੈ। ਇਹਦੀ ਮਸ਼ੀਨ ਵੀ ਜਿਹੜੀ ਹੈ 1 ਲੱਖ ਦੇ ਅੰਦਰ ਤੁਹਾਨੂੰ ਮਿਲ ਜਾਏਗੀ। ਹਰੇਕ ਤਰ੍ਹਾਂ ਦੀ, ਜਿਵੇਂ ਪਹਿਲਾਂ ਦੋ ਕੰਮਾਂ ਬਾਰੇ ਆਪਾਂ ਦੱਸਿਆ ਕਿ ਹੱਥ ਨਾਲ ਚਲਾਉਣ ਵਾਲੀ ਮਸ਼ੀਨ ਵੀ ਮਿਲ ਜਾਏਗੀ, ਤੁਹਾਨੂੰ ਸੈਮੀ ਆਟੋਮੈਟਿਕ ਮਿਲ ਜਾਏਗੀ, ਫੁੱਲ ਆਟੋਮੈਟਿਕ ਆਟੋਮੈਟਿਕ ਮਿਲ ਜਾਏਗੀ। ਵਿਦ ਪੈਕਿੰਗ ਲੈਣੀ ਹੈ ਤਾਂ ਉਹ ਵੀ ਤੁਸੀਂ ਆਰਡਰ 'ਤੇ ਮਸ਼ੀਨ ਜਿਹੜੀ ਹੈ ਉਹ ਤਿਆਰ ਕਰਵਾ ਸਕਦੇ ਹੋ, ਕਿਉਂਕਿ ਦਿੱਲੀ ਦੇ ਵਿੱਚ ਬੜੇ ਵੱਡੇ ਵੱਡੇ ਜਿਹੜੇ ਮਸ਼ੀਨਾਂ ਬਣਾਉਣ ਵਾਲੇ ਲੋਕ ਨੇ, ਬੜੇ ਕਾਰੀਗਰ ਨੇ ਬੈਠੇ ਹੋਏ ਨੇ। ਤੁਸੀਂ ਆਪਣੀ ਡਿਮਾਂਡ ਦੱਸਣੀ ਹੈ ਕਿ ਭਾਈ ਮੇਰਾ ਕੰਮ ਵੱਧ ਫੁੱਲ ਗਿਆ ਹੈ, ਮੈਂ ਇਹ ਕੰਮ ਕਾਰੋਬਾਰ ਕਰਦਾ ਤਾਂ ਮੈਨੂੰ ਮਸ਼ੀਨ ਇਸ ਤਰ੍ਹਾਂ ਦੀ ਚਾਹੀਦੀ ਹੈ, ਇੰਨੀ ਜਗ੍ਹਾ 'ਚ ਲੱਗ ਜਾਵੇ, ਇੰਨੀ ਉਹਦੀ ਕਪੈਸਿਟੀ ਹੋਵੇ, ਇੰਨੀ ਬਿਜਲੀ ਖਿੱਚਦੀ ਹੋਵੇ, ਸਾਰਾ ਕੁਝ ਦੱਸ ਦਿਓ। ਇੱਕ ਵਾਰੀ ਨਕਸ਼ਾ ਜਿਹਾ ਸਮਝਾ ਦਿਓ ਅਤੇ ਉਹ ਤੁਹਾਨੂੰ ਇੱਕ ਡਰਾਇੰਗ ਬਣਾ ਕੇ ਵੀ ਦਿਖਾ ਦਿੰਦੇ ਨੇ, ਔਰ ਇੱਕ ਤੁਹਾਨੂੰ ਜਾਂ ਉਹਦੇ ਨਾਲ ਰਲਦੀ ਮਿਲਦੀ ਮਸ਼ੀਨ ਦਿਖਾ ਦਿੰਦੇ ਕਿ ਇਹਦੇ ਵਿੱਚ ਮੋਡੀਫਿਕੇਸ਼ਨ ਕਰ ਦਿੰਦੇ ਨੇ, ਤਾਂ ਨਵੀਂ ਮਸ਼ੀਨ ਵੀ ਤੁਹਾਨੂੰ ਕੋਈ ਨਾ ਕੋਈ ਬਣਾ ਕੇ ਦੇ ਦੇਗਾ, ਤਾਂ ਤੁਸੀਂ ਆਪਣਾ ਕੰਮ ਕਾਰੋਬਾਰ ਘਰ ਤੋਂ ਸ਼ੁਰੂ ਕਰ ਸਕਦੇ ਹੋ। ਔਰ ਇਹ ਤਿੰਨੇ ਹੀ ਕੰਮ ਜਿਹੜੇ ਨੇ ਤੁਸੀਂ ਘਰ ਤੋਂ ਸ਼ੁਰੂ ਕਰ ਸਕਦੇ ਹੋ, ਬਹੁਤ ਘੱਟ ਬਜਟ ਦੇ ਨਾਲ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਹੱਥ ਨਾਲ ਚਲਾਉਣ ਵਾਲੀ ਮਸ਼ੀਨ ਹੈ ਨਾ, ਤਿੰਨਾਂ ਕੰਮਾਂ 'ਚੋਂ ਕੋਈ ਵੀ ਕੰਮ ਤੁਹਾਨੂੰ ਚੰਗਾ ਲੱਗਦਾ, ਅਤੇ ਹੱਥ ਨਾਲ ਚਲਾਉਣ ਵਾਲੀ ਮਸ਼ੀਨ ਲੈਂਦੇ ਹੋ, ਰਾ ਮਟੀਰੀਅਲ ਲੈਂਦੇ ਹੋ, ਤਾਂ ਵੀ ਤੁਹਾਡੇ ਇਹ ਕੰਮ ਜਿਹੜੇ ਆ 1 ਲੱਖ ਦੇ ਅੰਦਰ ਸ਼ੁਰੂ ਹੋ ਜਾਣ ਵਾਲੇ ਕੰਮ ਨੇ। ਯਾਨੀ ਕਿ ਮੈਕਸੀਮਮ ਇਨਵੈਸਟਮੈਂਟ ਜਿਹੜੀ ਹੈ, ਵੱਧ ਤੋਂ ਵੱਧ ਇਨਵੈਸਟਮੈਂਟ ਤੁਹਾਡੀ ਆ, ਉਹ 1 ਲੱਖ ਰੁਪਏ ਦੀ ਆ। ਸੋ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ, ਕਿਉਂਕਿ ਕੰਮ ਕਰਦੀਆਂ ਵੀ ਗੱਲਾਂ ਅਸੀਂ ਲੈ ਕੇ ਆਉਂਦੇ ਹਾਂ, ਖਬਰਾਂ ਦੇ ਨਾਲ ਨਾਲ ਮਨੋਰੰਜਨ ਜਗਤ ਦੀ ਗੱਲ ਵੀ ਕਰਦੇ ਹਾਂ, ਖੇਡ ਜਗਤ ਦੀ ਗੱਲ ਵੀ ਕਰਦੇ ਹਾਂ, ਰਾਜਨੀਤੀ ਦੀ ਗੱਲ ਵੀ ਕਰਦੇ ਹਾਂ, ਸਿਆਸਤ ਦੀ ਗੱਲ ਕਰਦੇ ਹਾਂ, ਅਤੇ ਨਾਲ ਦੀ ਨਾਲ ਵਲੌਗਸ ਅਤੇ ਨਾਲ ਨਾਲ ਅਸੀਂ ਕੰਮ ਕਾਰੋਬਾਰ ਦੇ ਵੀ ਕੁਝ ਨਾ ਕੁਝ ਆਈਡੀਆਜ਼ ਜਿਹੜੇ ਨੇ ਤੁਹਾਡੇ ਵਰਗੇ ਸੱਜਣਾਂ ਕੋਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹੀਦਾ। ਸੋ ਦੱਸਣਾ ਜ਼ਰੂਰ ਕਿ ਵੀਡੀਓ ਕਿਹੋ ਜਿਹੀ ਲੱਗੀ, ਕਮੈਂਟ ਕਰਕੇ ਦੱਸਣਾ, ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਜਿਵੇਂ ਸ਼ੁਰੂਆਤ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਹੋ ਸਕਦਾ ਕਿ ਤੁਹਾਡੇ ਕੰਮ ਦੀ ਨਾ ਹੋਵੇ, ਤੁਸੀਂ ਪਹਿਲਾਂ ਹੀ ਕੋਈ ਕੰਮ ਕਾਰੋਬਾਰ ਕਰਦੇ ਹੋਵੋ, ਨੌਕਰੀ ਕਰਦੇ ਹੋਵੋ, ਜੌਬ ਕਰਦੇ ਹੋਵੋ, ਤੁਹਾਡਾ ਸੂਤ ਲੱਗਾ ਹੋ ਸਕਦਾ, ਰੱਬ ਕਰੇ ਸਾਰਿਆਂ ਦਾ ਸੂਤ ਲੱਗੇ, ਕੰਮ ਲੋਟ ਆਵੇ, ਪਰ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਦਾ ਲੋਟ ਨਹੀਂ ਆਇਆ ਜਾਂ ਨਹੀਂ ਆ ਰਿਹਾ ਜਾਂ ਕੋਈ ਫਰੈਸ਼ਰ ਹੈ, ਕਿਉਂਕਿ ਅੱਜ ਕੱਲ੍ਹ ਯੂਥ ਯੰਗ ਸਾਡੇ ਭੈਣਾਂ ਭਾਈ ਜਿਹੜੇ ਨੇ ਉਹ ਥੋੜ੍ਹਾ ਜਿਹਾ ਡਿਪਰੈਸਡ ਰਹਿੰਦੇ ਨੇ ਕਿ ਕਿਹੜਾ ਕਾਰੋਬਾਰ ਕਰੀਏ, ਆਈਡੀਆ ਨਹੀਂ ਆ ਰਿਹਾ, ਪਤਾ ਨਹੀਂ ਲੱਗ ਰਿਹਾ, ਅਤੇ ਹੋ ਸਕਦਾ ਉਹਨਾਂ ਨੂੰ ਕੋਈ ਆਈਡੀਆ ਕਲਿੱਕ ਕਰ ਜਾਏ ਜਾਂ ਹੱਲਾਸ਼ੇਰੀ ਮਿਲ ਜਾਏ। ਕੰਮ ਕੋਈ ਮਾੜਾ ਨਹੀਂ, ਦੱਬ ਕੇ ਕੰਮ ਕਰੋ, ਪਰਮਾਤਮਾ ਦਾ ਨਾਂ ਲੈ ਕੇ ਅੱਜ ਹੀ ਸ਼ੁਰੂ ਕਰ ਦਿਓ ਇਹਦੇ 'ਚ ਕੰਮ ਕਰਨਾ। ਜਿਹੜੇ ਆਈਡੀਆਜ਼ ਨੇ, ਜੇ ਇਹਨਾਂ 'ਚੋਂ ਕੋਈ ਵੀ ਆਈਡੀਆ ਤੁਹਾਨੂੰ ਚੰਗਾ ਲੱਗਾ ਜਾਂ ਪਹਿਲੀਆਂ ਸਾਡੀਆਂ ਵੀਡੀਓਜ਼ ਕੰਮ ਦੇ ਨਾਲ ਸੰਬੰਧਿਤ ਅਸੀਂ ਅਪਲੋਡ ਕੀਤੀਆਂ ਨੇ, ਜਿਹੜਾ ਆਈਡੀਆ ਤੁਹਾਨੂੰ ਚੰਗਾ ਲੱਗਦਾ ਜਾਂ ਜਿਹੜਾ ਤੁਹਾਡੇ ਮਨ 'ਚ ਆ ਰਿਹਾ, ਬਹੁਤਾ ਲੰਬਾ ਚੌੜਾ ਨਾ ਸੋਚੋ, ਉਹਦੇ 'ਚ ਕੰਮ ਕਰਨਾ ਸ਼ੁਰੂ ਕਰ ਦਿਓ। ਇੱਕ ਡਾਇਰੀ, ਇੱਕ ਕਾਗਜ਼, ਇੱਕ ਪੈਨ ਉਠਾਓ ਅਤੇ ਉਹਦਾ ਬਜਟ ਤਿਆਰ ਸ਼ੁਰੂ, ਜਿਹੜਾ ਉਹਦਾ ਬਜਟ ਬਣਾਓ, ਉਹਦਾ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿਓ, ਅਤੇ ਉਹ ਕੰਮ ਜਿਹੜਾ ਕਾਰੋਬਾਰ ਆ ਸ਼ੁਰੂ ਕਰ ਦਿਓ। ਨਵਾਂ ਸਾਲ ਸ਼ੁਰੂ ਹੋਣ ਵਾਲਾ, ਤੇ ਨਵੇਂ ਸਾਲ ਦੇ ਵਿੱਚ ਇੰਨੀ ਕੁ ਮਿਹਨਤ ਕਰੋ, ਦੁਨੀਆਂ ਨੂੰ ਦਿਖਾ ਦਿਓ, ਸਾਰਿਆਂ ਨੂੰ ਦਿਖਾ ਦਿਓ ਕਿ ਤੁਸੀਂ ਕੁਝ ਜ਼ਿੰਦਗੀ 'ਚ ਕਰ ਸਕਦੇ ਹੋ, ਤੇ ਤੁਸੀਂ ਕੋਈ ਫਾਲਤੂ ਨਹੀਂ ਹੈਗੇ, ਤੇ ਜਿਹੜੇ ਕੋਈ ਤੁਹਾਨੂੰ ਫਾਲਤੂ ਸਮਝਦੇ ਨੇ ਜਾਂ ਸਮਝਦੇ ਹੋਣਗੇ, ਉਹਨਾਂ ਨੂੰ ਜਵਾਬ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਪਏਗੀ, ਉਹਨਾਂ ਨੂੰ ਤੁਹਾਡਾ ਕੰਮ, ਤੁਹਾਡੀ ਤਰੱਕੀ ਖੁਦ ਜਵਾਬ ਦੇ ਦੇਗੀ। ਫਿਲਹਾਲ ਦੇ ਇਜਾਜ਼ਤ ਮੰਗਦਾ ਤੁਹਾਡੇ ਸਾਰਿਆਂ ਕੋਲ, ਤੇ ਤੁਸੀਂ ਜਿਹੜਾ ਆ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ, ਹਮੇਸ਼ਾ ਲਾਈਕ ਫੋਲੋ ਸਬਸਕ੍ਰਾਈਬ ਕਰਕੇ ਸਾਡੀ ਹੱਲਾਸ਼ੇਰੀ ਜ਼ਰੂਰ ਕਰਿਆ ਕਰੋ। ਨਾਲ ਦੀ ਨਾਲ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੇਂ ਵਿਸ਼ੇ ਦੇ ਨਾਲ, ਤਦ ਤੱਕ ਦੇ ਲਈ ਧੰਨਵਾਦ।